ਅਸਲਾਮ ਵਾਲੇਕੁਮ ਵਿਊਅਰਸ, ਟਰੈਕਟਰ ਪੁਆਇੰਟ ਯੂਟਿਊਬ ਚੈਨਲ ਦੇ ਵਿੱਚ ਖੁਸ਼ ਆਮਦੀਦ ਜੀ ਦੋਸਤੋ। MF 260 2024 ਦਾ ਮਾਡਲ ਅਤੇ ਪਿੱਛੇ 48 ਵਾਲਾ ਰੋਟਾਵੇਟਰ ਅਤੇ ਪਰਫਾਰਮੈਂਸ ਵੀਡੀਓ ਜੀ ਤੁਹਾਡੇ ਨਾਲ ਸ਼ੇਅਰ ਕੀ ਕਰਨ ਲੱਗੇ ਅਤੇ ਚੈੱਕ ਕਰਿਓ ਜੀ ਦੋਸਤੋ, ਰੂਟਰ ਦਾ ਲੱਗ ਕਤਰਾਈ ਵਗੈਰਾ ਕਿਹੋ ਜਿਹੀ ਆ। ਪਹਿਲੇ ਲੋਹ ਗੇਅਰ ਦੇ ਵਿੱਚ ਟਰੈਕਟਰ ਚੱਲ ਰਿਹਾ ਜੀ, ਪਹਿਲੇ ਲੋਹ ਦੇ ਵਿੱਚ ਅਸ਼ਰਫ ਚੇਅਰਮੈਨ ਵਾਲਿਆਂ ਦਾ ਬਣਿਆ ਹੋਇਆ ਰੋਟਾਵੇਟਰ ਆ ਜੀ ਗੋਜਰੇ ਦਾ। ਅਸ਼ਰਫ ਚੇਅਰਮੈਨ ਵੇਟ ਥਰੈਸ਼ਰ ਵਾਲੇ ਜੀ, ਮੁਕੰਮਲ ਇਹਨਾਂ ਦਾ ਪੂਰਾ ਨਾਮ ਆ ਜੀ, ਅਤੇ 48 ਵਾਲਾ ਰੋਟਾਵੇਟਰ ਆ ਅਤੇ ਸਪੈਸ਼ਲ ਇਹਨਾਂ ਨੇ ਸੱਠੇ ਲਈ ਬਣਾਇਆ ਜੀ ਇਹ। MF 260 ਜੀ ਸਪੈਸ਼ਲ ਐਡੀਸ਼ਨ 2024 ਦਾ ਮਾਡਲ, ਪਹਿਲਾਂ ਵੀ ਇਸ ਟਰੈਕਟਰ ਦੀਆਂ ਵੀਡੀਓ ਆਪਾਂ ਆਪਣੇ ਚੈਨਲ 'ਤੇ ਪਾਈਆਂ ਜੀ। ਕਲਟੀਵੇਟਰ ਹੋ ਗਿਆ, 5 ਫਾਲਾ ਹੋ ਗਿਆ ਔਰ ਥਰੈਸ਼ਰ ਦੀ ਦੋਸਤੋ, ਬਾਰਿਸ਼ਾਂ ਤੋਂ ਬਾਅਦ ਵੱਢ ਜਿਹੜੇ ਆ ਹੁਣ ਬੱਤਰ ਆਏ ਆ, ਤੁਸੀਂ ਦੇਖ ਸਕਦੇ ਆ ਜ਼ਮੀਨ ਦੇ ਵਿੱਚ ਹਜੇ ਵੀ ਕਿੰਨੀ ਜ਼ਿਆਦਾ ਗਿੱਲ ਵਾ ਜੀ, ਅਤੇ ਘਾਹ ਸ਼ਾਹ ਬਹੁਤ ਜ਼ਿਆਦਾ ਹੋ ਗਿਆ ਅੱਜਗਾ ਜੀ। ਭਾਈ ਹੁਣੀ ਤਿਆਰੀ ਕਰਨ ਦਏ ਆ ਜੀ ਸਰ੍ਹੋਂ ਬੀਜਣ ਦੀ। ਟਰੈਕਟਰ ਦਾ ਆਪਾਂ RPM ਮੀਟਰ ਵੀ ਨੋਟ ਕਰਾਉਂਦੇ ਹਾਂ ਤੁਹਾਨੂੰ ਦੋਸਤੋ। ਤੁਸੀਂ RPM ਮੀਟਰ ਵੀ ਨੋਟ ਕੀਤਾ ਵਾ, ਚੈੱਕ ਕਰਕੇ ਲਾਜ਼ਮੀ ਦੱਸਣਾ ਜੀ ਕਿਹੋ ਜਿਹੇ ਰੂਟਰ ਦੀ ਕਤਰਾਈ ਆ ਜੀ। ਪਹਿਲਾ ਲੋਹ ਗੇਅਰ ਆ ਜੀ, ਬਾਕੀ ਦੋਸਤੋ ਵੀਡੀਓ ਪੂਰੀ ਦੇਖਿਆ ਕਰੋ ਜੀ ਅਤੇ ਚੱਸ ਫੇਰ ਆਉਂਦੀ ਆ ਵੀਡੀਓ ਦੇਖਣ ਦੀ।
ਟਰੈਕਟਰ ਧੂੰਆਂ ਨਹੀਂ ਮਾਰ ਰਿਹਾ ਜੀ, ਕਹਿ ਲਓ ਕਿ ਬਿਲਕੁਲ ਈਜ਼ੀਲੀ ਸਕੂਨ ਨਾਲ ਚੱਲ ਰਿਹਾ ਜੀ। ਬੜਾ ਵਧੀਆ ਨਜ਼ਾਰਾ ਬਣਿਆ ਵਾ ਜੀ। ਸਾਊਂਡ ਜਿਹਾ ਕਰੋ ਟਰੈਕਟਰ ਦਾ, ਚਸ ਆਉਂਦੀ ਆ ਪੂਰੀ ਜੀ। ਸੱਜਣਾ ਕਿ ਇੱਕੋ ਹੀ ਰਿਕੁਐਸਟ ਹੁੰਦੀ ਹੈ ਕਿ ਵੀਡੀਓ ਨੂੰ ਲਾਜ਼ਮੀ ਪੂਰਾ ਦੇਖਿਆ ਕਰੋ ਔਰ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ, ਅਤੇ ਜਿਹੜੇ ਦੋਸਤ ਚੈਨਲ 'ਤੇ ਨਵੇਂ ਆਉਣ ਵਾਲੇ ਆ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਨ। ਸ਼ੁਕਰੀਆ, ਅੱਲਾ ਹਾਫਿਜ਼। ਥੈਂਕ ਯੂ ਫਾਰ ਵਾਚ ਟਰੈਕਟਰ ਪੁਆਇੰਟ।